ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਮਾਸੀ ਅੱਜ ਮੈਂ ਤੁਹਾਡੇ ਇੱਕ ਹੋਰ ਕੁਐਸਚਨ ਹੈਗਾ ਕਿ ਸਾਨੂੰ ਕਿਸੇ ਦਾ ਦਿਲ ਕਿਉਂ ਨਹੀਂ ਦੁਖਾਉਣਾ ਚਾਹੀਦਾ, ਸਾਨੂੰ ਕਿਸੇ ਨੂੰ ਹਰਟ ਕਿਉਂ ਨਹੀਂ ਕਰਨਾ ਚਾਹੀਦਾ। ਨਵੀਰ ਕੌਰ, ਤੁਹਾਡਾ ਕੁਐਸਚਨ ਬਹੁਤ ਹੀ ਸੋਹਣਾ ਹੈ। ਸਾਨੂੰ ਕਿਉਂ ਨਹੀਂ ਕਿਸੇ ਨੂੰ ਹਰਟ ਕਰਨਾ ਚਾਹੀਦਾ, ਕਿਉਂ ਨਹੀਂ ਕਿਸੇ ਦਾ ਦਿਲ ਦੁਖਾਉਣਾ ਚਾਹੀਦਾ? ਜਿਵੇਂ ਕਿ ਅਸੀਂ ਰੋਜ਼ ਬਾਣੀ ਪੜ੍ਹਦੇ ਹਾਂ, ਬਾਣੀ ਦਾ ਅਭਿਆਸ ਕਰਦੇ ਹਾਂ, ਗੁਰਮਤਿ ਦੇ ਹਿਸਾਬ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਸਾਡੇ ਗੁਰੂ ਸਾਹਿਬ ਹਮੇਸ਼ਾ ਸਾਨੂੰ ਆਹੀ ਸਮਝਾਉਂਦੇ ਨੇ ਕਿ ਕਿਸੇ ਦਾ ਬੁਰਾ ਨਾ ਕਰੀਏ ਅਸੀਂ, ਅਤੇ ਤੁਹਾਨੂੰ ਕਿਉਂ ਲੱਗਦਾ ਤੁਹਾਨੂੰ ਕਿ ਕਿਉਂ ਨਹੀਂ ਸਾਨੂੰ ਕਿਸੇ ਦਾ ਦਿਲ ਦੁਖਾਉਣਾ ਚਾਹੀਦਾ? ਸਾਨੂੰ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ, ਜਿੱਦਾਂ ਕਿ ਸਾਨੂੰ ਗੁਰੂ ਸਾਹਿਬ ਜੀ ਨੇ ਵੀ ਬਾਣੀ ਅਤੇ ਇੱਕ ਲੈਸਨ ਦਿੱਤਾ ਕਿ ਸਾਨੂੰ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ, ਸਾਨੂੰ ਹਮੇਸ਼ਾ ਅੱਛੇ ਕਰਮ ਕਰਨੇ ਚਾਹੀਦੇ ਹੈ। ਬਟ ਕਦੀ ਕਦੀ ਕੀ ਹੁੰਦਾ ਕਿ ਤੁਹਾਡਾ ਕੋਈ ਜ਼ਿਆਦਾ ਦਿਲ ਤੁਹਾਨੂੰ ਬਹੁਤ ਹਰਟ ਕਰਦਾ ਅਤੇ ਉਦੋਂ ਤੁਹਾਨੂੰ ਗੁੱਸਾ ਆਉਂਦਾ, ਕੀ ਕਰਨਾ ਚਾਹੀਦਾ ਸਾਨੂੰ? ਬਿਲਕੁਲ ਸਹੀ, ਕਦੀ ਕਦੀ ਸਾਨੂੰ ਬਹੁਤ ਗੁੱਸਾ ਆ ਜਾਂਦਾ ਹੈ, ਕੋਈ ਸਾਡੇ ਲਈ ਇੱਦਾਂ ਦੇ ਸ਼ਬਦ ਯੂਜ਼ ਕਰਦਾ ਹੈ ਜਾਂ ਕੁਛ ਐਸੀ ਗੱਲਾਂ ਕਹਿ ਦਿੰਦਾ ਹੈ ਜੋ ਸਾਨੂੰ ਬਹੁਤ ਬੁਰੀ ਲੱਗਦੀ ਹੈ, ਜੋ ਕਿ ਬਹੁਤ ਔਖਾ ਤਾਂ ਹੈ, ਬਟ ਗੁਰਬਾਣੀ ਦੇ ਅਨੁਸਾਰ ਚੱਲੀਏ ਅਤੇ ਸਾਨੂੰ ਉਹਨੂੰ ਮਾਫ਼ ਕਰਕੇ ਅੱਗੇ ਚੱਲਣਾ ਚਾਹੀਦਾ ਹੈ, ਹੋਰ ਅਸੀਂ ਉਹਨੂੰ ਮਾਫ਼ ਕਰ ਦੇਣਾ ਚਾਹੀਦਾ ਹੈ। ਜਿਵੇਂ ਕਿ ਫਰੀਦ ਸਾਹਿਬ ਜੀ ਦਾ ਵੀ ਇੱਕ ਸ਼ਬਦ ਹੈਗਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਕਿ ਸਾਨੂੰ ਬੁਰੇ ਕਰਨ ਵਾਲੇ ਦਾ ਵੀ ਸਾਨੂੰ ਅੱਛਾ ਕਰਨਾ ਚਾਹੀਦਾ, ਅੱਛਾ ਸੋਚਣਾ ਚਾਹੀਦਾ। ਅਗਰ ਅਸੀਂ ਇੱਦਾਂ ਦੀ ਸੋਚ ਲੈ ਕੇ ਚੱਲਾਂਗੇ ਤਾਂ ਸਾਡਾ ਆਪ ਦਾ ਕਦੀ ਬੁਰਾ ਨਹੀਂ ਹੋਏਗਾ, ਔਰ ਸਾਨੂੰ ਕਦੀ ਵੀ ਕੋਈ ਰੋਗ ਨਹੀਂ ਲੱਗੇਗਾ, ਔਰ ਸਾਨੂੰ ਗੁਰੂ ਸਾਹਿਬ ਜੀ ਸਾਡੀ ਝੋਲੀ 'ਚ ਸਾਰੀ ਖੁਸ਼ੀਆਂ ਪਾਉਣਗੇ। ਅਤੇ ਜਿੰਨੀ ਕੋਸ਼ਿਸ਼ ਹੋ ਸਕਦੀ ਹੈ ਸਾਨੂੰ ਬੁਰਿਆਂ ਦਾ ਵੀ ਚੰਗਾ ਕਰਨਾ ਚਾਹੀਦਾ, ਬੁਰਿਆਂ ਲਈ ਵੀ ਅਰਦਾਸ ਕਰਨੀ ਚਾਹੀਦੀ ਹੈ ਕਿ ਉਹਨਾਂ ਨੂੰ ਵੀ ਵਾਹਿਗੁਰੂ ਜੀ ਸਮੱਤ ਬਖਸ਼ਣ ਔਰ ਸਹੀ ਰਾਹ ਦਿਖਾਉਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।